ਕੋਰੋਨਾ ਵਾਇਰਸ ਨੂੰ ਲੈ ਕੇ ਜਿੱਥੇ ਦੇਸ਼ ਭਰ ਦੇ ਵਿੱਚ ਲੋਕਡਾਊਨ ਹੈ ਅਤੇ ਪੰਜਾਬ ਸਰਕਾਰ ਦੇ ਵੱਲੋਂ ਕਰਫਿਊ ਦੇ ਬਾਵਜੂਦ ਵੀ ਸੜਕਾਂ ਦੇ ਉੱਤੇ ਲੋਕ ਬਿਨਾਂ ਕਿਸੇ ਵਜ੍ਹਾ ਤੋਂ ਨਿਕਲ ਰਹੇ ਨੇ, ਜਿਸ ਦੇ ਚੱਲਦਿਆਂ ਖੰਨਾ ਪੁਲਿਸ ਦੇ ਵੱਲੋਂ ਪੂਰੇ ਹੀ ਜ਼ਿਲ੍ਹੇ ਦੇ ਵਿੱਚ ਕਰਮਚਾਰੀਆਂ ਨੂੰ ਨਾਲ ਲੈ ਕੇ ਸਰਕਾਰੀ ਆਦੇਸ਼ਾਂ ਦੇ ਬਾਰੇ ਸਮਝਾਇਆ ਜਾ ਰਿਹਾ ਅਤੇ ਇੱਕ ਫਲੈਗ ਮਾਰਚ ਵੀ ਕੱਢਿਆ ਗਿਆ। ਇਸ ਮੌਕੇ ਉੱਤੇ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਸੀ ਕਿ ਅਸੀਂ ਲੋਕਾਂ ਨੂੰ ਸਾਰੀਆਂ ਸਹੂਲਤਾਂ ਘਰਾਂ ਦੇ ਵਿੱਚ ਦੇ ਰਹੇ ਹਾਂ, ਤਾਂ ਵੀ ਜਿਹੜੇ ਲੋਕ ਸੜਕਾਂ ਦੇ ਉੱਤੇ ਆ ਰਹੇ ਨੇ ਉਹਨਾਂ ਨੂੰ ਸਖਤੀ ਦੇ ਨਾਲ ਸਮਝਾਇਆ ਜਾ ਰਿਹਾ। ਜਿਹੜਾ ਫਲੈਗ ਮਾਰਚ ਆ ਉਹ ਖੰਨਾ ਸਿਟੀ ਦੇ ਵਿੱਚ ਕੀਤਾ ਸਾਰੀ ਦੇ ਵਿੱਚ, ਅਤੇ ਲੋਕਾਂ ਨੂੰ ਜਾਗਰੂਕ ਹੀ ਕਰ ਰਹੇ ਹਾਂ ਕਿ ਵੀ ਘਰਾਂ 'ਚ ਰਹੋ, ਕਿਉਂਕਿ ਸਾਰਿਆਂ ਨੂੰ ਰਾਸ਼ਨ ਵੀ ਅਸੀਂ ਘਰੋਂ ਘਰ ਦੇ ਰਹੇ ਹਾਂ, ਦਵਾਈਆਂ ਵੀ ਘਰੋਂ ਘਰ ਦੇ ਰਹੇ ਹਾਂ। ਤੁਸੀਂ ਗਰੋਸਰੀ ਸਟੋਰ ਵਾਲੇ ਦੇਖੇ ਹੋਣੇ ਆ ਵੀ ਉਹ ਲੋਕਾਂ ਤੋਂ ਫੋਨ 'ਤੇ ਆਪਣੀਆਂ ਆਈਟਮਾਂ ਨੋਟ ਕਰਕੇ ਉਹਨਾਂ ਦੇ ਘਰ ਸਪਲਾਈ ਕਰ ਰਹੇ ਆ। ਇਸ ਤੋਂ ਇਲਾਵਾ ਜਿਹੜੀਆਂ ਸੋਸ਼ਲ ਸੰਸਥਾਵਾਂ ਹੈਗੀਆਂ ਨੇ ਉਹ ਵੀ ਖਾਣਾ ਵੀ ਵੰਡ ਰਹੀਆਂ ਨੇ ਅਤੇ ਰਾਸ਼ਨ ਵੀ ਵੰਡਿਆ ਜਾ ਰਿਹਾ। ਸਾਡੇ ਜ਼ਿਲ੍ਹੇ ਦੇ ਵਿੱਚ ਤਕਰੀਬਨ ਐਵਰੇਜ ਅਸੀਂ 8,000 ਬੰਦਾ ਜਿਹੜਾ ਡੇਲੀ ਜਿਹਨੂੰ ਅਸੀਂ ਖਾਣਾ ਖਵਾ ਰਹੇ ਹਾਂ, ਅਤੇ ਕਰੀਬ 1500 ਘਰ ਜਿਹੜਾ ਹੈਗਾ ਜਿਹਨਾਂ ਨੂੰ ਅਸੀਂ ਸੁੱਕਾ ਰਾਸ਼ਨ ਦੇ ਰਹੇ ਹਾਂ। ਅਤੇ ਸਰ ਜਿਹੜੇ ਕਰਫਿਊ ਦੀ ਉਲੰਘਣਾ ਕਰ ਰਹੇ ਉਹਨਾਂ ਲਈ ਕੀ ਪ੍ਰੋਵੀਜ਼ਨ? ਅਸੀਂ ਉਹਨਾਂ ਦੇ ਖਿਲਾਫ 188 ਦਾ ਪਰਚਾ ਦੇ ਰਹੇ ਹਾਂ, ਸਾਡੇ ਕਰੀਬ 38 ਪਰਚੇ ਦਰਜ ਹੋ ਗਏ ਆ। ਅਤੇ ਅਸੀਂ ਡੇਲੀ ਯਾਨੀ ਕਿ ਕੋਈ ਜਿਹੜਾ ਕੋਈ ਬਿਨਾਂ ਵਜ੍ਹਾ ਜਿਹੜਾ ਘੁੰਮ ਰਿਹਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰ ਰਹੇ ਹਾਂ। ਸਰ ਇੱਕ ਜਿਹੜੇ ਪਾਸ ਦੀ ਗੱਲ ਕਰੀਏ ਆਪਾਂ, ਬਹੁਤ ਜ਼ਿਆਦਾ ਪਬਲਿਕ ਜਿਹੜੀ ਹੈ ਲਗਭਗ 4 ਤੋਂ ਲੈ ਕੇ 5,000 ਕਰੀਬ ਤੱਕ ਜਿਹੜਾ ਪਾਸ ਇਸ਼ੂ ਹੋਇਆ ਹੋਇਆ, ਔਰ ਲੋਕ ਘੁੰਮ ਰਹੇ ਹਾਂ ਬਿਨਾਂ ਮਤਲਬ ਤੋਂ, ਲੋਕਾਂ ਦੇ ਸਕੂਟਰ ਉੱਪਰ ਲੱਗੇ ਹੋਏ ਆ। ਜਦੋਂ ਪੁੱਛਦੇ ਹਾਂ ਯਾਨੀ ਕਿ ਜਿਹੜਾ ਪੁਲਿਸ ਮਹਿਕਮੇ ਦਾ ਆ ਅਸੀਂ ਈ ਪਾਸ ਰਾਹੀਂ ਯਾਨੀ ਕਿ ਦਿੰਦੇ ਹਾਂ, ਈ ਪਾਸ ਹੀ ਹੈਗੇ ਸਾਡੇ। ਉਹਦੇ ਵਿੱਚ ਸਾਡੇ ਕੋਲ ਕਰੀਬ 1400 ਬੰਦੇ ਨੇ ਅਪਲਾਈ ਕੀਤਾ, ਉਹਦੇ ਵਿੱਚੋਂ ਅਸੀਂ ਕਰੀਬ 600 ਬੰਦੇ ਨੂੰ ਪਾਸ ਦਿੱਤਾ। ਸਰ ਜਿਵੇਂ DFS ਵੱਲੋਂ ਜਿਹੜਾ ਹੈ ਉਹ ਸਾਰੇ ਅਲੱਗ ਅਲੱਗ ਮਹਿਕਮਿਆਂ ਵੱਲੋਂ ਆਏ, ਜਿਹੜੀਆਂ ਜ਼ਰੂਰੀ ਹੈਗੀਆਂ ਸਪਲਾਈ ਹੈਗੀ ਆ ਉਹਨਾਂ ਬੰਦਿਆਂ ਨੂੰ ਦਿੱਤਾ, ਅਤੇ ਜਾਂ ਫਿਰ ਕਿਸੇ ਨੂੰ ਮੈਡੀਕਲ ਐਮਰਜੈਂਸੀ ਹੈਗੀ ਆ ਉਹ ਬੰਦਿਆਂ ਨੂੰ ਦਿੱਤਾ। ਠੀਕ ਹੈ ਸਰ, ਥੈਂਕ ਯੂ। ਓਕੇ, ਖੰਨਾ ਤੋਂ ਦ ਸਟੇਟ ਨਿਊਜ਼ ਦੇ ਲਈ ਪ੍ਰਭਜੋਤ ਭੱਟੀ ਦੀ ਰਿਪੋਰਟ।